ਕੁਮੰਤਰੀ ਖੇਡ ਦਿਹਾੜੇ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ 41 ਸਾਲ ਬਾਅਦ ਸਪੋਰਟਸ ਪਾਲਿਸੀ ਲਾਗੂ ਕੀਤੀ ਗਈ ਆ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਸਾਹਿਬ ਵੱਲੋਂ ਅੱਜ ਘੋਸ਼ਣਾ ਕੀਤੀ ਗਈ ਆ ਕਿ ਚੰਡੀਗੜ੍ਹ ਦੇ ਵਿੱਚ 41 ਸਾਲ ਬਾਅਦ ਸਪੋਰਟਸ ਪਾਲਿਸੀ ਲਾਗੂ ਕੀਤੀ ਗਈ ਹੈ ਤੇ ਹੁਣ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ 6 ਕਰੋੜ ਰੁਪਏ ਦੇ ਕੈਸ਼ ਇਨਾਮ ਮਿਲੇਗਾ ਤੇ ਵਿਭਾਗ ਦਾ ਮਤਲਬ ਖੇਡ ਵਿਭਾਗ ਦਾ ਬਜਟ ਵੀ 20 ਕਰੋੜ ਰੁਪਇਆ ਕਰ ਦਿੱਤਾ ਗਿਆ। ਚੰਡੀਗੜ੍ਹ ਵਿੱਚ ਸਪੋਰਟਸ ਡੇ ਮੌਕੇ 41 ਸਾਲ ਬਾਅਦ ਸਪੋਰਟਸ ਪਾਲਿਸੀ ਲਾਗੂ ਕਰਦੇ ਹੋਏ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸਾਹਿਬ ਨੇ ਇਸ ਪਾਲਿਸੀ ਨੂੰ ਨੋਟੀਫਾਈ ਕੀਤਾ। 1982 ਦੇ ਵਿੱਚ ਚੰਡੀਗੜ੍ਹ ਦਾ ਸਪੋਰਟਸ ਡਿਪਾਰਟਮੈਂਟ ਬਣਨ ਤੋਂ ਬਾਅਦ ਹੁਣ ਤੱਕ ਕੋਈ ਵੀ ਖੇਡ ਪਾਲਿਸੀ ਨਹੀਂ ਸੀ। ਇਸ ਪਾਲਿਸੀ ਦੇ ਤਹਿਤ ਹੁਣ ਖਿਡਾਰੀਆਂ ਨੂੰ 6 ਕਰੋੜ ਰੁਪਏ ਤੱਕ ਨਗਦ ਇਨਾਮ ਰੱਖਿਆ ਜਾਊਗਾ ਜੋ ਕਿ ਹਰਿਆਣਾ ਦੇ ਬਰਾਬਰ ਆ ਅਤੇ ਪੰਜਾਬ ਤੋਂ ਦੁੱਗਣਾ। ਹੁਣ ਤੱਕ ਚੰਡੀਗੜ੍ਹ ਦੇ ਸਪੋਰਟਸ ਡਿਪਾਰਟਮੈਂਟ ਨੂੰ ਸਕੋਲਰਸ਼ਿਪ ਦੇ ਲਈ 2 ਕਰੋੜ ਰੁਪਏ ਦਾ ਬਜਟ ਮਿਲਦਾ ਸੀ ਜਿਸ ਨੂੰ ਵਧਾ ਕੇ ਹੁਣ 20 ਕਰੋੜ ਕਰ ਦਿੱਤਾ ਗਿਆ। ਇਹ ਬਜਟ ਸਪੋਰਟਸ ਡਿਪਾਰਟਮੈਂਟ ਫਾਈਨਾਂਸ ਡਿਪਾਰਟਮੈਂਟ ਨੂੰ ਭੇਜਿਆ ਗਿਆ। ਇਸ ਤੋਂ ਬਾਅਦ ਇਸ ਦਾ ਜਿਹੜਾ ਕੰਮਕਾਜ ਆ ਉਹ ਯੂਟੀ ਦੇ ਐਨੂਅਲ ਬਜਟ ਵਿੱਚ ਕੀਤਾ ਜਾਊਗਾ। ਸਪੋਰਟਸ ਪਾਲਿਸੀ ਵਿੱਚ ਖੇਡ ਦਾ ਅਧਿਕਾਰ ਜਿਹੜਾ ਵਾ ਉਹਨੂੰ ਲੈ ਕੇ ਵੀ ਜਿਹੜਾ ਚਰਚਾ ਕੀਤੀ ਗਈ। ਡਿਪਾਰਟਮੈਂਟ ਦੇ ਇਨਫਰਾਸਟ੍ਰਕਚਰ ਅਤੇ ਖਿਡਾਰੀਆਂ ਦੇ ਨਾਲ ਆਮ ਲੋਕਾਂ ਨੂੰ ਵੀ ਅਧਿਕਾਰ ਹੋਏਗਾ। ਇਸ ਲਈ 1 ਫੀਸ ਤੈਅ ਕੀਤੀ ਜਾਊਗੀ। ਇਸ ਫੀਸ ਦੇ ਕਰ ਕੋਈ ਵੀ ਮੈਂਬਰਸ਼ਿਪ ਮਿਲੇਗੀ। ਇਸ ਤੋਂ ਬਾਅਦ ਕੋਈ ਵਿਅਕਤੀ ਵਿਭਾਗ ਦੇ ਇਨਫਰਾਸਟ੍ਰਕਚਰ ਦਾ ਇਸਤੇਮਾਲ ਕਰ ਸਕਦਾ। ਚੰਗੇ ਅਥਲੀਟ ਤਿਆਰ ਕਰਨ ਲਈ ਕੋਚ ਨੂੰ ਵੀ ਸਨਮਾਨਿਤ ਕੀਤਾ ਜਾਊਗਾ। ਇੰਟਰਨੈਸ਼ਨਲ ਅਥਲੀਟ ਤੋਂ ਇਲਾਵਾ ਨੈਸ਼ਨਲ ਵਿੱਚ ਮੈਡਲ ਜਿੱਤਣ ਵਾਲੇ ਕੋਚਾਂ ਨੂੰ ਵੀ ਕੈਸ਼ ਅਵਾਰਡ ਦਿੱਤੇ ਜਾਣਗੇ। ਅਥਲੀਟ ਨੂੰ ਟ੍ਰੇਨਿੰਗ ਦੇ ਨਾਲ ਉਸਦੀ ਫਿਟਨੈਸ 'ਤੇ ਵੀ ਕੰਮ ਕੀਤਾ ਜਾਊਗਾ। ਇਸ ਤੋਂ ਇਲਾਵਾ ਸਪੋਰਟਸ ਇੰਜਰੀ ਸੈਂਟਰ ਵੀ ਬਣਾਏ ਜਾਣਗੇ ਅਤੇ ਇਸ ਲਈ ਵਿਭਾਗ ਸਰਕਾਰੀ ਹਸਪਤਾਲਾਂ ਦੇ ਨਾਲ ਵੀ MOU ਸਾਈਨ ਕਰੇਗਾ, ਮਤਲਬ ਉਹਦਾ ਨਾਲ ਸਮਝੌਤਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਵੀ ਕਰੇਗਾ। ਅਤੇ 41 ਸਾਲ ਬਾਅਦ ਚੰਡੀਗੜ੍ਹ ਨੇ ਪਾਲਿਸੀ ਖੇਡ ਪਾਲਿਸੀ ਲਾਗੂ ਕੀਤੀ ਆ, ਨੋਟੀਫਾਈ ਕਰ ਦਿੱਤੀ ਗਿਆ। ਅਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਰਾਜਪਾਲ ਜਿਹੜੇ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਸ਼ਾਸਕ ਆ ਉਹਨਾਂ ਨੇ ਗੱਲਬਾਤ ਕੀਤੀ ਕਿ ਜਿਹੜਾ ਓਲੰਪਿਕ ਦੇ ਵਿੱਚ ਮੈਡਲ ਜਿੱਤਣ ਵਾਲਾ ਚੰਡੀਗੜ੍ਹ ਦਾ ਜਿਹੜਾ ਖਿਡਾਰੀ ਹੋਊਗਾ ਉਹਨੂੰ 6 ਕਰੋੜ ਰੁਪਏ ਦਾ ਨਗਦ ਇਨਾਮ ਦਿੱਤਾ ਜਾਊਗਾ ਜੋ ਕਿ ਹਰਿਆਣਾ ਦੇ ਬਰਾਬਰ ਆ ਅਤੇ ਪੰਜਾਬ ਤੋਂ ਦੁੱਗਣਾ। ਇਹ ਉਹਨਾਂ ਨੇ ਅਨਾਊਂਸਮੈਂਟ ਕੀਤੀ ਹੈ। ਉਹਨਾਂ ਇਹ ਵੀ ਕਿਹਾ ਕਿ ਬੜਾ ਇਤਿਹਾਸਕ ਪਲ ਹੈ ਜਦੋਂ ਚੰਡੀਗੜ੍ਹ ਪ੍ਰਸ਼ਾਸਨ ਦੀ ਆਪਣੀ ਪਾਲਿਸੀ ਬਣ ਗਈ ਆ ਔਰ ਇਸ ਤੋਂ ਇਲਾਵਾ 9 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਤਿਆਰ ਕੀਤੇ ਗਏ ਅਥਲੈਟਿਕ ਟਰੈਕ ਨੂੰ ਵੀ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ। ਉਹਨਾਂ ਕਿਹਾ ਕਿ ਬੜੀ ਮਾਣ ਵਾਲੀ ਗੱਲ ਹੈ ਕਿ ਜਿਹੜੀ ਅਥਲੈਟਿਕਸ ਫੈਕਲਟੀ ਲਈ ਆਪਣੀ ਖੇਡ ਨੀਤੀ ਉਸੇ ਦਿਨ ਅਸੀਂ ਸ਼ੁਰੂ ਕਰੇ ਜਦ ਦੇਸ਼ ਅੰਦਰ ਰਾਸ਼ਟਰੀ ਖੇਡ ਦਿਵਸ ਮਨਾਇਆ ਜਾ ਰਿਹਾ। ਤੁਹਾਨੂੰ ਦੱਸ ਦੇ ਕਿ ਜਿਹੜਾ ਰਾਸ਼ਟਰੀ ਖੇਡ ਦਿਵਸ ਆ ਇਹ ਭਾਰਤੀ ਹਾਕੀ ਦੇ ਜਾਦੂਗਰ ਮੰਨੇ ਜਾਂਦੇ ਨੇ ਧਿਆਨ ਚੰਦ, ਉਹਨਾਂ ਨੂੰ ਸਮਰਪਿਤ ਹੀ ਜਿਹੜਾ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ। ਔਰ ਉਹਨਾਂ ਨੇ ਵੀ ਕਿਹਾ ਕਿ ਜਿਹੜਾ ਘੋੜਸਵਾਰੀ, ਤਲਵਾਰਬਾਜ਼ੀ, ਤੀਰਅੰਦਾਜ਼ੀ, ਕੁਸ਼ਤੀ ਇਹ ਜਿਹੜੀਆਂ ਦੌੜਾਂ ਨੇ ਇਹ ਪੁਰਾਣੇ ਸਮੇਂ ਦੀਆਂ ਨੇ ਅਤੇ ਅੱਜ ਕੱਲ੍ਹ ਇਹਨਾਂ ਦੀ ਜਿਹੜੀ ਖੇਡਾਂ ਦੀ ਵਿਸ਼ੇਸ਼ ਥਾਂ, ਕਿਉਂਕਿ ਇਹ ਰਮਾਇਣ ਕਾਲ ਹੋ ਜਾਂ ਮਹਾਂਭਾਰਤ ਕਾਲ ਹੋ ਜਾਂ ਵੇਦਾਂ ਪੁਰਾਣਾਂ ਦੇ ਸਮੇਂ ਹੀ ਇਹ ਖੇਡਾਂ ਚੱਲਦੀਆਂ ਆ ਰਹੀਆਂ ਨੇ। ਉਹਨਾਂ ਕਿ ਅਰਜੁਨ, ਇਕਲਵਿਆ, ਭੀਮ, ਗੁਰੂ ਦਰੋਣਾਚਾਰੀਆ ਇਹਨਾਂ ਨਾਵਾਂ ਤੋਂ ਕੌਣ ਨਹੀਂ ਕੋਈ ਜਾਣਦਾ ਗਾ। ਉਹਨਾਂ ਕਿਹਾ ਖੇਡ ਕੇਵਲ ਮਨੋਰੰਜਨ ਲਈ ਨਹੀਂ ਖੇਡੇ ਜਾਂਦੇ ਬਲਕਿ ਸਰੀਰਕ ਅਤੇ ਮਾਨਸਿਕ ਚੁਸਤੀ ਫੁਰਤੀ ਲਈ ਵੀ ਖੇਡੇ ਜਾਂਦੇ ਨੇ। ਉਹਨਾਂ ਕਿਹਾ ਕਿ ਸਮੇਂ ਦੇ ਨਾਲ ਖੇਡਾਂ ਦੇ ਵਿੱਚ ਕਿਸਮਾਂ ਅਤੇ ਇਹਨਾਂ ਦਾ ਜਿਹੜਾ ਸਵਰੂਪ ਆ ਬਦਲ ਰਿਹਾ, ਪਰੰਤੂ ਹਮੇਸ਼ਾ ਇਹ ਸਾਡੀ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਰਹੀਆਂ ਨੇ। ਉਹਨਾਂ ਕਿਹਾ ਸਾਡੇ ਦੇਸ਼ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ, ਪਰੰਤੂ ਖੇਡ ਖੇਤਰ ਦੇ ਪ੍ਰਤੀ ਉਹਦੀ ਸਹਿਣਤਾ ਦੇ ਕਾਰਨ ਇੱਕ ਵਾਰ ਫਿਰ ਐਸਾ ਦੌਰ ਆਇਆ ਕਿ ਅਸੀਂ ਅੰਤਰਰਾਸ਼ਟਰੀ ਲੈਵਲ 'ਤੇ ਆਪਣੀ ਛਾਪ ਨਹੀਂ ਛੱਡ ਸਕੇ। ਲੇਕਿਨ ਪਿਛਲੇ ਤਕਰੀਬਨ ਇੱਕ ਦਸ਼ਕ ਤੋਂ ਉਹਨਾਂ ਜ਼ਿਕਰ ਕੀਤਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗ ਦਰਸ਼ਨਾਂ 'ਤੇ ਖੇਡਾਂ ਨੂੰ ਇੱਕ ਹੋਰ ਹੱਲਾਸ਼ੇਰੀ ਮਿਲੀ ਆ, ਜਿਸ ਕਰਕੇ ਅੱਜ ਦੁਨੀਆ ਭਰ ਦੇ ਵਿੱਚ ਖਿਡਾਰੀ ਛਾਏ ਹੋਏ ਨੇ। ਉਹਨਾਂ ਕਿਹਾ ਕਿ ਖੇਡਾਂ ਨੂੰ ਰਾਸ਼ਟਰੀ ਐਜੂਕੇਸ਼ਨ ਪਾਲਿਸੀ ਦੇ ਤਹਿਤ ਵੀ ਹਿੱਸਾ ਬਣ ਸਿਲੇਬਸ ਦਾ ਹਿੱਸਾ ਬਣਾਉਣਾ ਚਾਹੀਦਾ। ਉਹਨਾਂ ਕਿਹਾ ਕਿ ਸਪੋਰਟਸ ਸ਼੍ਰੇਣੀ ਵਿੱਚ ਰੱਖਿਆ ਕਿ ਜਿਵੇਂ ਸਾਇੰਸ, ਕਮਰਸ, ਮੈਥ ਜਾਂ ਦੂਸਰੀ ਪੜ੍ਹਾਈ, ਉਸੇ ਤਰ੍ਹਾਂ ਹੀ ਐਕਸਟਰਾ ਐਕਟੀਵਿਟੀ ਦੇ ਤੌਰ 'ਤੇ ਸਪੋਰਟਸ ਨੂੰ ਵੀ ਓਨਾ ਹੀ ਮਹੱਤਵ ਦੇਣਾ ਚਾਹੀਦਾ ਜਿੰਨਾ ਬਾਕੀ ਸਿਲੇਬਸ ਨੂੰ। ਸਿਰਫ ਇਹਨੂੰ ਐਕਸਟਰਾ ਐਕਟੀਵਿਟੀ ਦੇ ਤੌਰ 'ਤੇ ਨਹੀਂ ਲੈਣਾ ਚਾਹੀਦਾ। ਉਹਨਾਂ ਕਿਹਾ ਕਿ ਫਿਟ ਇੰਡੀਆ, ਖੇਲੋ ਇੰਡੀਆ, ਟਾਰਗੇਟ ਓਲੰਪਿਕ ਪੋਡੀਅਮ ਸਕੀਮ, ਖੇਡ ਯੂਨੀਵਰਸਿਟੀਆਂ ਦੀ ਸਥਾਪਨਾ ਦੇ ਅਨੇਕ ਜਿਹੜੇ ਖੇਡ ਉਹਦੇ 'ਚ ਈਕੋ ਸਿਸਟਮ ਨੂੰ ਵੀ
उत्साह करने की लोड़ है। उन्होंने जिक्र किया कि ओलंपिक और पैरालंपिक खेडों जेड़े गोल्ड मैडल जितने वाले 6 करोड़ रुपया, सिल्वर वाले 4 करोड़ रुपया और इस तो अलावा ब्रोंज वाले 2.5 करोड़ तो पार्टीसपेशन 15 लाख रुपए दिए जाएंगे। एशिया तो पैरा एशियन गेम्स गोल्ड मैडल जितने वाले 3 करोड़ रुपया, सिल्वर 1.5 करोड़, ब्रोंज 75 लाख, पार्टीसपेशन वाले 7.5 लाख रुपए दे दिए जाएंगे। यूथ ओलंपिक खेडों के गोल्ड मैडल जितने वाले 1 करोड़ रुपया, सिल्वर वाले 65 लाख, ब्रोंज वाले 40 लाख, पार्टीसपेशन वाले 2.5 लाख रुपया। इस तरह कॉमनवैल्थ गेम्स पैरा कॉमनवैल्थ गेम के गोल्ड मैडल जितने वाले 1.5 करोड़, सिल्वर जितने मैडल जितने वाले 75 लाख, ब्रोंज मैडल जितने वाले 50 लाख, पार्टीसपेशन करने वाले 7.5 लाख। वर्ल्ड कप चैंपियनशिप के गोल्ड मैडल जितने वाले 1.5 करोड़ रुपया, सिल्वर जितने वाले 75 लाख, ब्रोंज वाले 50 लाख रुपए, तो पार्टीसपेशन वाले 7.5 लाख। पैरा वर्ल्ड गेम्स पैरा वर्ल्ड चैंपियनशिप कप में गोल्ड मैडल जितने वाले 1.5 करोड़, सिल्वर जितने वाले 75 लाख, ब्रोंज वाले 50 लाख, तो पार्टीसपेशन वाले 7.5 लाख रुपए दिए जाएंगे। इस तरह उन्होंने कहा कि डीफ ओलंपिक के गोल्ड मैडल वाले 1.5 करोड़, सिल्वर 80 लाख, ब्रोंज वाले 40 लाख, पार्टीसपेशन वाले 2.5 लाख। यूथ कॉमनवैल्थ गेम के गोल्ड मैडल जितने वाले 25 लाख, सिल्वर 12.5 लाख, ब्रोंज 8 लाख। IBSA वर्ल्ड गेम्स के गोल्ड वाले 40, सिल्वर 30, ब्रोंज 20, तो पार्टीसपेशन 4 लाख। स्पैशल ओलंपिक वर्ल्ड गेम्स फॉर मैंटली चैलेंज वाले खेडों के गोल्ड मैडल वाले 40, सिल्वर वाले 30, ब्रोंज 20 लाख, पार्टीसपेशन 4 लाख। एशिया पैसिफिक रीजनल गेम्स फॉर डिफरेंटली एबल्ड स्पोर्ट्स परसन वास्ते गोल्ड मैडल जितने वाले 30 लाख, सिल्वर 20, ब्रोंज 10, तो पार्टीसपेशन 3 लाख। वर्ल्ड यूनिवर्सिटी गेम चैंपियनशिप गोल्ड वाले 7 लाख, सिल्वर वाले 5 लाख, ब्रोंज 3 लाख, पार्टीसपेशन 1 लाख। वर्ल्ड स्कूल गेम्स में गोल्ड वाले 5, सिल्वर 4, ब्रोंज 3, पार्टीसपेशन 1 लाख। एशियन कॉमनवैल्थ चैंपियनशिप गोल्ड वाले 5 लाख, सिल्वर 4, ब्रोंज 3, पार्टीसपेशन 1। सैफ गेम के गोल्ड वाले 5 लाख, सिल्वर 3 लाख, ब्रोंज वाले 2 लाख, पार्टीसपेशन 1 लाख। नैशनल गेम्स पैरा नैशनल गेम्स वाले गोल्ड 5, सिल्वर 3, ब्रोंज 2। ब्लाइंड क्रिकेट वर्ल्ड कप में गोल्ड 5, सिल्वर 3, ब्रोंज 2, पार्टीसपेशन 1। नैशनल चैंपियनशिप पैरा नैशनल चैंपियनशिप गोल्ड 3, सिल्वर 2, ब्रोंज 1। वर्ल्ड मैराथन ऑफ मेंटली फिजिकल चैलेंज गोल्ड 3, सिल्वर 2, ब्रोंज 1, पार्टीसपेशन 1। सैफ जूनियर गेम्स के गोल्ड 1.5 लाख, सिल्वर 1 लाख, ब्रोंज मैडल वाले 50 लाख। खेलो इंडिया गेम के गोल्ड मैडल जितने वाले 1 लाख रुपया, सिल्वर 75, ब्रोंज 50,000 रुपए के नाम दिए जाएंगे। और इस तरह उन्होंने अनाउंसमेंट की हैगी और दावा किया कि जोड़ा ओलंपिक के वर्ल्ड जित के गोल्ड मैडल लैके आएगा उन्होंने 6 करोड़ रुपया दिता जाऊगा, जबकि उन्हें कहा कि पंजाब 3 करोड़, हरियाणा के 6 करोड़ खेड स्पोर्ट पॉलिसी चंडीगढ़ प्रशासन लागू की है। उम्मीद है कि चंडीगढ़ के जोड़े खिडारी आ चंडीगढ़ का नाम भी रोशन करे, कोई बहुते जोड़े चंडीगढ़ के खिडारी या फिर हरियाणा वालों खेडते या फिर पंजाब वालों, क्योंकि चंडीगढ़ प्रशासन की अपनी खेड पॉलिसी नहीं, लेकिन अब जी खेड पॉलिसी अनाउंसमेंट की है लाजमी तौर पर चंडीगढ़ के खेडन वाले खिडारियों भी हूँ उन्ना ही बनता माण सत्कार मिलेगा जिन्ना बाकी सूबे की सरकार दिदिया ने। फिलहाल इस जानकारी के नाल तुहाडे तों लैंदे आ गया, पर तुसीं इसे तरह देखते रहो ABC पंजाब। धन्यवाद।